हेलो जसप्रीत निरंकार गल कर रहे हैं हम लोगों तो की हाल है जी गुड आफ्टरनून ठीक हो बढ़िया थोड़ी फाइल लगी सी मेरे को कैनेडा दी ओके सो जसप्रीत अपनी कोई रिफ्यूजल भी सीगी पहले मई 2024 ਦੇ ਵਿੱਚ ਹਾਂਜੀ ਓਕੇ ਇੱਕ ਨਾ ਤੁਹਾਡੀ ਐਮਬੈਸੀ ਵੱਲੋਂ ਇੱਕ ਰਿਕੁਆਇਰਮੈਂਟ ਆਈ ਹੈ ਮੈਂ ਤੁਹਾਡਾ ਜੀਸੀ ਕੀ ਚੈੱਕ ਕਰ ਰਿਹਾ ਸੀ ਸੋ ਮੈਨੂੰ ਔਖਾ ਹੀ ਲੱਗਦਾ ਪਿਆ ਹੁਣ ਨਾ ਰਿਕੁਆਇਰਮੈਂਟ ਆਈ ਹੈ ਪਾਸਪੋਰਟ ਦੀ ਰਿਕੁਆਇਰਮੈਂਟ ਆਈ ਹੈ ਜੀ ਤੁਹਾਡੀ ਪਾਸਪੋਰਟ ਦੀ ਰਿਕੁਆਇਰਮੈਂਟ ਆਈ ਹੈ ਐਮਬੈਸੀ ਦੇ ਵੱਲੋਂ ਹਾਂਜੀ ਵੀਜ਼ਾ ਆ ਗਿਆ ਜੀ ਤੁਹਾਡਾ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ ਅੱਛਾ ਜਸਪ੍ਰੀਤ ਦੇਖਣਾ ਮੈਂ ਤੁਹਾਡਾ ਅਕਾਊਂਟ ਚੈੱਕ ਕਰ ਰਿਹਾ ਸੀਗਾ ਸੋ ਇਹਦੇ ਵਿੱਚ ਤੁਸੀਂ ਮੈਨੂੰ ਕੋਈ ਐਡਵਾਂਸ ਚਾਰਜਸ ਦਿੱਤੇ ਹੋਏ ਮੈਨੂੰ ਸ਼ੋਅ ਨਹੀਂ ਕਰ ਰਹੇ ਅੱਛਾ ਓਕੇ 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 ਚਲੋ ਠੀਕ ਹੈ ਮੈਂ ਨਾ ਤੁਹਾਡੀ ਪੀ ਪੀ ਆਰ ਤੁਹਾਨੂੰ ਸੈਂਡ ਕਰਦਾ ਵਾਂ ਅਤੇ ਤੁਸੀਂ ਆਪਣਾ ਪਾਸਪੋਰਟ ਵੀ ਮੇਰੇ ਕੋਲ ਪਹੁੰਚਦਾ ਕਰ ਦਿਓ ਸੋ ਦੈਟ ਮੈਂ ਸਟੈਂਪਿੰਗ ਕਰਾਂਗੀ ਓਕੇ ਜੀ ਕੰਗ੍ਰੈਚੁਲੇਸ਼ਨ ਵਾਂਸ ਅਗੇਨ ਠੀਕ ਹੈ ਜੀ ਮਿਲਦੇ ਹਾਂ ਸੋ ਅੱਜ ਡੇਟ ਹੈਗੀ ਹੈ ਜੀ 21 ਜੂਨ ਓਮ ਗਲੋਬਲ ਹਾਲੇ ਵੀ ਸਪਟੈਂਬਰ 2024 ਇਨਟੇਕ ਦੀ ਐਪਲੀਕੇਸ਼ਨ ਪ੍ਰੋਸੈਸ ਕਰ ਰਿਹਾ ਜੇ ਤੁਸੀਂ ਵੀ ਜਸਪ੍ਰੀਤ ਵਾਂਗ ਆਪਣਾ ਵੀਜ਼ਾ ਲੈਣਾ ਚਾਹੁੰਦੇ ਹੋ ਅੱਜ ਹੀ ਓਮ ਗਲੋਬਲ ਵਿਜ਼ਿਟ ਕਰੋ 15 ਦਿਨ ਦੇ ਵਿੱਚ ਫਾਈਲ ਲੌਗਇਨ ਕਰਵਾ ਕੇ ਸਾਰੇ ਪੈਸੇ ਦੋ ਵੀਜ਼ਾ ਲੱਗਣ ਤੋਂ ਬਾਅਦ